ਕਿ ਮੈਂ ਬਚਪਨ ਵਿੱਚੋਂ ਨਾਰਮਲ ਸਕੂਲ ਪੜਦਾ ਸੀ ਤੇ ਆਫਟਰ ਥੈਟ ਮੈਂ ਬਲਾਈਂਡ ਹੋ ਗਿਆ ਮਤਲਬ ਨਿਗਾ ਮੇਰੀ ਜਾਂਦੀ ਰਹੀ 7 ਸਾਲਾਂ ਦਾ ਜਦੋਂ ਮੈਂ ਨਿਗਾ ਮੇਰੀ ਚਲੀ ਗਈ ਤੇ ਬਾਅਦ ਵਿੱਚ ਮੇਰੇ ਫੈਮਿਲੀ ਨੇ ਮੈਨੂੰ ਯਤੇਮਖਾਨੇ ਦਾਖਲ ਕਰਵਾਤਾ ਅੰਮ੍ਰਿਤਸਰ ਪੁਤਲੀ ਘਰ ਯਤੇਮਖਾਨਾ ਹੈ ਸਾਡਾ ਕੀਰਤਨ ਦੇ ਕੰਪੀਟੀਸ਼ਨ ਖੇਡਾਂ ਦੇ ਕੰਪੀਟੀਸ਼ਨ ਤੇ ਇਹ ਸਾਰੇ ਵਨ ਕੀਤੇ ਆ ਜੀ ਐਸਜੀਪੀਸੀ ਵੱਲੋਂ ਜਿਹੜੇ ਅਯੋਜਿਤ ਕੀਤੇ ਜਾਂਦੇ ਆ ਕੰਪੀਟੀਸ਼ਨ ਮੁਕਾਬਲੇ ਇਹਨਾਂ ਸਾਰਿਆਂ ਚ ਮੈਂ ਪਾਰਟਿਸਪੇਟ ਕਰਦਾ ਰਿਹਾ ਹਾਂ ਜੀ ਮੈਂ ਬਚਪਨ ਵਿੱਚ ਪਹਿਲਾਂ ਤਾਂ ਵਾਇਲਨ ਤੰਤੀ ਸਾਜ ਨਾਲ ਅਸੀਂ ਕੀਰਤਨ ਕਰਦੇ ਰਹੇ ਮਨਜੀਤ ਸਾਹਿਬ ਅਸੀਂ ਚਾਰ ਪੰਜ ਵਾਰੀ ਹਾਜ਼ਰੀ ਜਿਹੜੀ ਆ ਉਹ ਭਰੀ ਹੈ ਕੀ ਸਰਕਾਰ ਨੂੰ ਸਾਡੇ ਨਿਤਰੀ ਹਿੰਨਾਂ ਦੀ ਗੱਲ ਸੁਣੀ ਚਾਹੀਦੀ ਆ ਕਿਉਂਕਿ ਇਹ ਧਰਨੇ ਲਾਉਣੇ ਜਾਂ ਰੈਲੀਆਂ ਕਰਨੀਆਂ ਨਿਤਰੀ ਹਿੰਨਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਕਿ ਅਸੀਂ ਨਿਤਰੀਨ ਪਿਛੇ ਜੀ ਕਾਫੀ ਸਾਰੀਆਂ ਰੈਲੀਆਂ ਕਰਦੇ ਰਹੇ ਆ ਧਰਨੇ ਲਾਉਂਦੇ ਰਹੇ ਆ ਬਾਵਜੂਦ ਇਸ ਦੇ ਵੀ ਗੱਲ ਨਹੀਂ ਸੁਣੀ ਗਈ ਸਾਡੀ ਵੀ ਗੁਰੂ ਦੇ ਵਜ਼ੀਰ ਜਿਹਦਾ ਨਾਂ ਕਿਹਾ ਜਾਂਦਾ ਵਾ ਉਹ ਨਾਂ ਦੇ ਵਜ਼ੀਰ ਰਹਿ ਗਏ ਨੇ ਕਿਉਂਕਿ ਹਾਲਾਤ ਇੰਨੇ ਮਾੜੇ ਸੀ ਦੇਖ ਕੇ ਘਰ ਦੇ ਕੀ ਦੋ ਕਮਰੇ ਤੁਸੀਂ ਰਹਿਣ ਦੇ ਜੇ ਉਹ ਵੀ ਜਿਹੜੇ ਕਮਰੇ ਨੇ ਛੱਤਾ ਟੁੱਟੀਆਂ ਹੀਆਂ ਨੇ ਤਰੇੜਾਂ ਪਈਆਂ ਨੇ ਤੇ ਬਾਰਿਸ਼ ਜਦੋਂ ਪੈਂਦੀ ਹੈ ਸਾਰਾ ਪਾਣੀ ਅੰਦਰ ਆ ਜਾਂਦਾ ਨਿਹਦੀ ਕਿਸੇ ਮਦਦ ਕੀਤੀ ਜੀ ਜਿਹੜੀ ਸੋਹਣੀ ਕਮੇਟੀ ਹੈ ਤਕਰੀਬਨ ਉਹ ਬੜੇ ਲੋਕਾਂ ਵਾਸਤੇ ਮੋੜੇ ਵਾਸਤੇ ਕਮੇਟੀ ਬੁੜੀ ਨਹੀਂ ਵੀ ਆ ਗਈ ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਸ਼ਕਾਂ ਦਾ ਜੀ ਮੈਕਫਰ ਫਿਰ ਤੋਂ ਹਰਦੀਪ ਗਰੇਵਾਲ ਸਵਾਗਤ ਕਰਦਾ ਹਾਂ ਅੱਜ ਤੁਹਾਨੂੰ ਅਜਿਹੇ ਇੱਕ ਨੌਜਵਾਨਾਂ ਮਿਲੋਂ ਜਾ ਰਹੇ ਹਾਂ ਜਿਹਦੀ ਇਹ ਚਾਹੇ ਅੱਖਾਂ ਦੀ ਜਿਹੜੀ ਰੋਸ਼ਨੀ ਨਹੀਂ ਹੈਗੀ ਪਰ ਫਿਰ ਵੀ ਜਿਹੜੇ ਕਹਿ ਸਕਦੇ ਆ ਕਿ ਉਸ ਨੂੰ ਜਿਹੜੇ ਸਾਜ ਜਿਹੜੇ ਵਜਾਉਂਦੇ ਨੇ ਅਤੇ ਜਿਹੜਾ ਕੀਰਤਨ ਕਰਦੇ ਨੇ ਗੁਰੂ ਸਾਹਿਬ ਦਾ ਬਹੁਤ ਹੀ ਵਧੀਆ ਆ ਦੀ ਆਵਾਜ਼ ਆ ਜੇਕਰ ਕਹਿ ਸਕਦੇ ਪਰਮਾਤਮਾ ਨੇ ਇੱਕ ਜਿਹੜੀ ਅੱਖਾਂ ਦੀ ਜਿਹੜੀ ਲਾਈਟ ਜੀ ਚਲੀ ਗਈ ਆ ਪਰ ਉਸ ਦੇ ਜਿਹੜੇ ਕਹਿ ਸਕਦੇ ਗਲੇ ਵਿੱਚ ਜਿਹੜਾ ਵਾ ਉਹ ਸਰਸਰ ਦੀ ਬਾਸ ਕਰਦੀ ਆ ਅੱਜ ਅਸੀਂ ਪਹੁੰਚੇ ਆ ਅਮਰਸਾ ਦੇ ਜਿਹੜਾ ਇੱਕ ਹਲਕਾ ਜਿਹੜਾ ਇਹ ਸ਼ੋਏ ਵਿੱਚ ਅਸੀਂ ਆਏ ਆ ਉਸ ਪਰਿਵਾਰ ਦੇ ਨਾਲ ਅਸੀਂ ਬੈਠੇ ਆ ਤੇ ਗੱਲਬਾਤ ਕਰਾਂਗੇ ਉਸ ਵੀਰ ਦੇ ਨਾਲ ਸ਼ਮਸ਼ੇਰ ਸਿੰਘ ਨਾਂ ਹੈ ਉਸ ਦਾ ਉਸ ਨੌਜਵਾਨ ਦਾ ਜਿਹੜੀ ਅੱਖਾਂ ਦੀ ਜਿਹੜੀ ਰੋਸ਼ਨੀ ਹੈਗੀ ਆ ਤੇ ਗੱਲਬਾਤ ਕਰਦੇ ਹਾਂ ਸ਼ਮਸ਼ੇਰ ਸਿੰਘ ਨਾਲ ਸ਼ਮਸ਼ੇਰ ਸਿੰਘ ਜੀ ਪੰਜਾਬੀ ਲੋਕਾਂ ਇੱਧਰ ਦਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਧੰਨਵਾਦ ਜੀ ਸ਼ੁਕਰੀਆ ਜੀ ਸ਼ਮਸ਼ੇਰ ਜੀ ਅਸੀਂ ਦੇਖਿਆ ਵੀ ਤੁਹਾਡੇ ਚਲੋ ਅੱਖਾਂ ਦੀ ਜਿਹੜੀ ਆ ਰੋਸ਼ਨੀ ਨਹੀਂ ਹੈਗੀ ਕਿਸੇ ਤਰ੍ਹਾਂ ਪਰਮਾਤਮਾ ਦੀ ਕੀ ਦੇਣਿਆ ਜੀ ਪਰ ਤੁਹਾਡੀ ਜਿਹੜੀ ਆਵਾਜ਼ ਆ ਤੇ ਤੁਹਾਡੇ ਕੋਲ ਜਿਹੜੀ ਕਲਾ ਵਾ ਜਿਹੜੇ ਤੁਸੀਂ ਵਜਾ ਲੈਂਦੇ ਜਿਹੜੇ ਜਿਹੜੇ ਇਨਸਟਰੂਮੈਂਟ ਵਜਾ ਲੈਂਦੇ ਜੇ ਹਰਮੋਨੀਅਮ ਤਮਲਾ ਵਗੈਰਾ ਇਹ ਸਾਰੇ ਪਰਮਾਤਮਾ ਦੇ ਨੇ ਇਹਦੇ ਬਾਅਦ ਤੁਹਾਡਾ ਕਹਿਣਾ ਹੈ ਜੀ ਮੈਂ ਬਚਪਨ ਵਿੱਚ ਆ ਨਾਰਮਲ ਸਕੂਲ ਪੜਦਾ ਸੀ ਤੇ ਆਫਟਰ ਥੈਟ ਮੈਂ ਬਲਾਈਂਡ ਹੋ ਗਿਆ ਮਤਲਬ ਨਿਗਾ ਮੇਰੀ ਜਾਂਦੀ ਰਹੀ 7 ਸਾਲਾਂ ਦਾ ਜਦੋਂ ਮੈਂ ਨਿਗਾ ਮੇਰੀ ਚਲੀ ਗਈ ਤੇ ਬਾਅਦ ਵਿੱਚ ਮੇਰੇ ਫੈਮਿਲੀ ਨੇ ਮੈਨੂੰ ਯਤੇਮਖਾਨੇ ਦਾਖਲ ਕਰਵਾਤਾ ਅੰਮ੍ਰਿਤਸਰ ਪਤਲੀ ਘਰ ਯਤੇਮਖਾਨਾ ਹੈ ਸਾਡਾ ਉੱਥੇ ਮੈਂ ਸਾਰੇ ਵਿਦਿਆ ਹਾਸਲ ਕੀਤੀ ਸਾਰੇ ਸਾਜ਼ ਸਿੱਖੇ ਤੇ 10ਵੀਂ ਤੱਕ ਉੱਥੇ ਪੜਿਆ ਬਾਅਦ ਵਿੱਚ ਮੈਂ ਖਾਲਸਾ ਕਾਲਜ ਜਿਹੜਾ ਹੈ ਉੱਥੇ ਪਲੱਸ 1 2 ਕੀਤੀ ਜੀ ਤੇ ਦੌਰਾਨੀ ਤਾਲੀਮ ਮੈਂ ਆਪਣਾ ਇਹ ਜਿਹੜੇ ਕੰਪੀਟੀਸ਼ਨ ਹੈ ਵਗੈਰਾ ਕੀਰਤਨ ਦੇ ਕੰਪੀਟੀਸ਼ਨ ਖੇਡਾਂ ਦੇ ਕੰਪੀਟੀਸ਼ਨ ਤੇ ਇਹ ਸਾਰੇ ਵਿਨ ਕੀਤੇ ਜੀ ਐਸਜੀਪੀਸੀ ਵੱਲੋਂ ਜਿਹੜੇ ਆਯੋਜਿਤ ਕੀਤੇ ਜਾਂਦੇ ਆ ਕੰਪੀਟੀਸ਼ਨ ਮੁਕਾਬਲੇ ਇਹਨਾਂ ਸਾਰਿਆਂ 'ਚ ਮੈਂ ਪਾਰਟਿਸਿਪੇਟ ਕਰਦਾ ਰਿਹਾ ਹਾਂ ਜੀ ਤੇ ਇਹ ਸਾਰਿਆਂ 'ਚ ਮੈਂ ਵਨ ਕੀਤਾ ਐ ਸਾਡੀ ਟੀਮ ਸਾਡੀ ਵਿੱਢ ਕੀਤੀ ਹੈ ਜੀ ਤੇ ਜਿਹੜੇ ਪੰਜਾਬ ਬੋਰਡ ਦੇ ਕੰਪੀਟੀਸ਼ਨ ਹੁੰਦੇ ਸੀ ਖਾਲਸਾ ਕਾਲਜ ਉਹ ਵੀ ਅਸੀਂ ਕੀਰਤਨ ਦੇ ਮੈਂ ਨਾਲ ਜਾਂਦੇ ਰਹੇ ਹਾਂ ਜੀ ਕੀਰਤਨ ਇਹ ਕਰਦੇ ਰਹੇ ਹਾਂ ਜੀ ਇਹ ਦੱਸੋ ਵੀ ਸ਼ਮਸ਼ੇਰ ਸਿੰਘ ਜੀ ਤੁਹਾਡੀ ਉਮਰ ਕਿੰਨੀ ਹੈ ਤੇ ਤੁਸੀਂ ਜਿਹੜੇ ਇਨੇ ਮੈਡਲ ਇਨੀਆਂ ਟਰੋਫੀ ਜਿੱਤੀਆਂ ਵਾ ਤੁਸੀਂ ਕਿਹੜੀ ਕਿਹੜੀ ਖੇਡਾਂ 'ਚੋਂ ਜਾਂ ਕਿਹੜੇ ਕਿਹੜੇ ਕੰਪੀਟੀਸ਼ਨ 'ਚ ਦਿੱਤੀਆਂ ਨੇ ਜੀ ਮੈਂ 25 ਸਾਲਾਂ ਦਾ ਜੀ ਤੇ ਇਸ ਵੇਲੇ ਮੇਰੀ ਉਮਰ 25 ਸਾਲ ਹੋ ਗਈ ਹੈ ਜੀ ਤੇ ਮੈਂ ਨਿਕਾ ਹੁੰਦਾ ਇਸ ਗੇਮ ਦਾ ਮੈਨੂੰ ਬਹੁਤ ਸ਼ੌਕ ਸੀ ਤੇ ਰਨਿੰਗ ਵਗੈਰਾ ਮੈਂ ਕਰਦਾ ਰਿਹਾ 400 ਮੀਟਰ 100 ਮੀਟਰ 200 ਮੀਟਰ ਮੈਂ ਨਿਕਾਂ ਦਾ ਜੋ ਸਾਡੀ ਬਲਾਈਂਡ ਐਸੋਸੀਏਸ਼ਨ ਹੁੰਦੀ ਹੈ ਇਹ ਸਾਰੀਆਂ ਗੇਮਾਂ ਦਾ ਆਯੋਜਨ ਕਰਦੀ ਹੈ ਜੀ ਤੇ ਇੰਨਾ ਚ ਮੈਂ ਪਾਰਟਿਸਪੇਟ ਕਰਦਾ ਰਿਹਾ ਸੀ ਤੇ ਟੈਗ ਆਫ ਵਾਰ ਸਾਡੀ ਰਸਾ ਕੱਸੀ ਗੇਮ ਹੁੰਦੀ ਸੀ ਉਹਦੇ ਵਿੱਚ ਵੀ ਮੈਂ ਪਾਰਟਿਸਪੇਟ ਕਰਦਾ ਸਾਡੀ ਟੀਮ ਵੱਲੋਂ ਤੇ ਮੈਂ ਮੈਂ ਰਨਿੰਗ ਕਰਦਾ ਸੀ ਤੇ ਗੋਲਾ ਵੀ ਸੁੱਟਣ ਦਾ ਜਿਹੜਾ ਹੈਗਾ ਇਹ ਮੈਨੂੰ ਅਭਿਆਸੀ ਤੇ ਇੱਕ ਦੋ ਵਾਰੀ ਮੈਂ ਗੋਲਾ ਸੁੱਟਣ ਚ ਵੀ ਪਾਰਟਿਸਿਪੇਟ ਕੀਤਾ ਤੇ ਮੋਸਟਲੀ ਮੈਂ ਮੈਡਲ ਜਿਹੜਾ ਉਹ ਕਲਾਸਿਕਲ ਕੀਰਤਨ ਤੋਂ ਚਲੋ ਮੈਂ ਬਾਅਦ ਵਿੱਚ ਨਾਲ-ਨਾਲ ਕਰਦਾ ਰਿਹਾ ਪਰ ਕਲਾਸਿਕਲ ਜਿਹੜਾ ਉਹ ਮੈਂ ਪਾਰਟਿਸਿਪੇਟ ਕਰਦਾ ਸੀ ਤੋਂ ਉਹਦੇ ਵਿੱਚੋਂ ਵੀ ਮੇਰੇ ਮੈਡਲ ਆਏ ਤੇ ਨਾਲ ਰਨਿੰਗ ਵਿੱਚੋਂ ਵੀ ਆਏ ਆ ਜੀ ਮੇਰੇ ਰਸੂਲ ਸ਼ਮਸ਼ੇਦ ਸਿੰਘ ਜੀ ਜਿਹੜੀ ਤੋਂ ਅੱਖਾਂ ਦੀ ਤੁਹਾਡੀ ਜਿਹੜੀ ਰੋਸ਼ਨੀ ਆ ਇਹ ਬਚਪਨ ਤੋਂ ਹੈ ਨਹੀਂ ਸੀ ਕਿ ਜਾਂ ਇਹ ਬਾਅਦ ਚ ਗਈ ਆ ਅ ਨਹੀਂ ਜੀ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਮੈਂ 7 ਸਾਲਾਂ ਦਾ ਸੀ ਜਦੋਂ ਮੈਂ ਮੇਰੀ ਰੋਸ਼ਨੀ ਜਿਹੜੀ ਉਹ ਬਿਨਾਈ ਉਹ ਜਾਂਦੀ ਰਹੀ ਹੈ ਜੀ ਤੇ ਕੋਈ ਵੀ ਕਾਰਨ ਨਹੀਂ ਅ ਅਸੀਂ ਦੇਖ ਪਾਏ ਕਿ ਕੀ ਕਰਨਾ ਹੈ ਅਜਿਹਾ ਜਿੰਨਾ ਮੇਰੀ ਨਿਗਾਹ ਚਲੀ ਗਈ ਹੈ ਜਦੋਂ ਮੈਂ ਪੜਦਾ ਸੀ ਉਦੋਂ ਮੇਰੇ ਟੀਚਰ ਸਹਿਬਾਨ ਕਹਿੰਿਆ ਕਰਦੇ ਸੀ ਕਿ ਤੂੰ ਜਿਹੜੀ ਆ ਕਾਪੀ ਉਹ ਅੱਖਾਂ ਨਾਲ ਕਿਉਂ ਲਾ ਕੇ ਪੜਦਾ ਹੈ ਇਹਦਾ ਕੀ ਕਾਰਨ ਹੋ ਸਕਦਾ ਤੇ ਮੇਰੇ ਘਰਦਿਆਂ ਨੇ ਇਹ ਗੌਰ ਕਰਨ ਤੇ ਫਿਰ ਚੈੱਕ ਕਰਵਾਇਆ ਤੇ ਡਾਕਟਰ ਵਗੈਰਾ ਨੇ ਦੱਸਿਆ ਕਿ ਇਸ ਦੀ ਜਿਹੜੀ ਆ ਉਹ ਨਿਗਾਹ ਉਹ ਰੋਸ਼ਨੀ ਆ ਉਹ ਚਲੀ ਗਈ ਹੈ ਨਾੜਾਂ ਸੁੰਗਰ ਗਈਆਂ ਜਾਂ ਪਰਦੇ ਵਗੈਰੇ ਉਹ ਡੈਡ ਹੋ ਚੁੱਕੇ ਆ ਤੇ ਉਹ ਜਿਸ ਕਰਕੇ ਮੈਨੂੰ ਨਜ਼ਰ ਨਹੀਂ ਆ ਰਿਹਾ ਤੇ ਹੁਣ ਮੈਨੂੰ ਮਾੜੀ ਮੋਟੀ ਰੋਸ਼ਨੀ ਥੋੜੀ ਥੋੜੀ ਚਾਨਣ ਵਗੈਰਾ ਜਿਹਾ ਦਿਸਦਾ ਹੈ ਤੇ ਉਹ ਮੇਰਾ ਜਿਹੜਾ ਨਿਗਾਹ ਇਸ ਕਰਕੇ ਚਲੀ ਗਈ ਹੈ ਜੀ ਬੱਸ ਮੈਨੂੰ ਖਾਸ ਨਹੀਂ ਦੱਸੋ ਤੁਹਾਡਾ ਇਲਾਜ ਕਿੰਨਾ ਕਰਾਇਆ ਹੁਣ ਤੱਕ ਕਿੰਨੇ ਡਾਕਟਰਾਂ ਕੋ ਤੁਹਾਡਾ ਇਲਾਜ ਕਰਾ ਚੁੱਕੇ ਆ ਜੀ ਡਾਕਟਰ ਕੀ ਦੱਸਦੇ ਆ ਵੀ ਅੱਖਾਂ ਦੀ ਜਿਹੜੀ ਰੋਸ਼ਨੀ ਆ ਆ ਸਕਦੀ ਵੀ ਹੈ ਕਿ ਨਹੀਂ ਆ ਸਕਦੀ ਜੀ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਮੈਂ ਬਚਪਨ ਵਿੱਚ ਤਾਂ ਇਲਾਜ ਕਰਾਇਆ ਕਾਫੀ ਤੇ ਬਟ ਜਦੋਂ ਮੈਂ ਪਲੱਸ 1 2 ਸੀ ਐਗਜੈਕਟਲੀ ਮੈਨੂੰ ਨਹੀਂ ਯਾਦ ਕਿ ਮੈਂ ਪਲੱਸ 1 ਵਿੱਚ ਹਾਂ ਜਾਂ ਪਲੱਸ 2 ਵਿੱਚ ਸੀ ਤੇ ਉਸ ਵੇਲੇ ਅਸੀਂ ਕੰਪੀਟੀਸ਼ਨ ਕਰਨ ਗਏ ਸੀ ਉਸ ਵੇਲੇ ਜਿਹੜੇ ਆ ਰਾਜੇਸ਼ ਮਾਨਸ ਜੀ ਉਸ ਵੇਲੇ ਲੈਕਚਰਰ ਕਰੇ ਲੈਕਚਰ ਕਰ ਰਹੇ ਸੀ ਤੇ ਉਹਨਾਂ ਨੇ ਸਾਨੂੰ ਦੇਖਿਆ ਤੇ ਅਸੀਂ ਐਕਚੁਅਲੀ ਤਿੰਨ ਬਲਾਈਂਡ ਹਾਂ ਉਸ ਟੀਮ ਵਿੱਚ ਤੇ ਉਹਨਾਂ ਨੇ ਮੇਰਾ ਚੈੱਕਅਪ ਕਰਾਇਆ ਤੇ ਉਹਨਾਂ ਨੇ ਡਾਕਟਰਾਂ ਨੇ ਦੱਸਿਆ ਕਿ ਇਹਦਾ ਆਪਰੇਸ਼ਨ ਹੋ ਸਕਦਾ ਹੈ ਤੇ ਉਹਨਾਂ ਨੇ ਆਪਣੇ ਖਰਚ ਤੇ ਮੇਰਾ ਆਪਰੇਸ਼ਨ ਕਰਾਇਆ ਡਾਕਟਰ ਦਿਲਜੀਤ ਕੋ ਪਰ ਅਨਫਰਚੂਨੇਟਲੀ ਮੇਰੀ ਨਿਗਾਹ ਜਿਹੜੀ ਹੈ ਉਹ ਨਹੀਂ ਆ ਸਕੀ ਤੇ 2015-16 ਚ ਮੇਰਾ ਆਪਰੇਸ਼ਨ ਹੋ ਚੁੱਕਾ ਹੈ ਤੇ ਫਿਰ ਵੀ ਨਿਗਾਹ ਨਹੀਂ ਆ ਰਹੀ ਤੇ ਇਸ ਕਰਕੇ ਇਲਾਜ ਕਰਾਉਣ ਦੇ ਬਾਵਜੂਦ ਵੀ ਮੇਰੀ ਨਿਗਾਹ ਨਹੀਂ ਆਈ ਜੀ ਮਨੇ ਦੱਸੂ ਸੁਮੇਸ਼ਰ ਜੀ ਤੁਸੀਂ ਜਿੱਥੇ ਕਿ ਇਨੇ ਇੰਸਟ੍ਰੂਮੈਂਟ ਜਿਹੜੇ ਸਾਜ਼ ਵਜਾ ਲੈਂਦੇ ਹੋ ਜਿਵੇਂ ਤਮਲਾ ਜਾਂ ਹਾਰਮੋਨੀਅਮ ਤੇ ਮੈਨੂੰ ਇਹ ਦੱਸੋ ਵੀ ਨਾਲ ਤੁਸੀਂ ਕੀਰਤਨ ਵਗਾਰਾ ਕਰਦੇ ਜੇ ਕਿੱਥੇ ਕਿੱਥੇ ਤੁਸੀਂ ਕੀਰਤਨ ਕਰਨਾ ਸ਼ੁਰੂ ਕੀਤਾ ਵਾ ਜੀ ਬਚਪਨ ਵਿੱਚ ਹੀ ਸਾਡੇ ਸਟੀਚਰ ਸਾਹਿਬਾਨ ਜਿਹੜੇ ਆ ਉਹਨਾਂ ਦੇ ਉਹਨਾਂ ਨੇ ਸਾਨੂੰ ਕੀਰਤਨ ਕਰਨ ਵਾਸਤੇ ਪ੍ਰੇਰਿਆ ਤੇ ਮੈਂ ਬਚਪਨ ਵਿੱਚ ਪਹਿਲਾਂ ਤਾਂ ਵਾਇਲਨ ਤੰਤੀ ਸਾਜ਼ ਨਾਲ ਅਸੀਂ ਕੀਰਤਨ ਕਰਦੇ ਰਹੇ ਮਨਜੀਤ ਸਾਹਿਬ ਅਸੀਂ 4-5 ਵਾਰੀ ਹਾਜ਼ਰੀ ਜਿਹੜੀ ਆ ਭਰੀ ਹੈ ਅਸੀਂ ਕੀਰਤਨ ਜਿਹੜਾ 우ਸਤਾਦ ਮਹਿੰਦਰ ਸਿੰਘ ਜਿਹੜੇ ਸਾਡੇ ਯਤੀਮ ਖਾਨੇ ਦੇ 우ਸਤਾਦ ਉੱਥੇ ਉਹਨਾਂ ਕੋ ਕੀਰਤਨ ਸਿੱਖਿਆ ਤੇ ਉਹਨਾਂ ਦੇ ਨਾਲ ਹੀ ਅਹੀਂ ਤਬਲੇ ਦੀ ਸਿਖਲਾਈ ਵੀ ਹਾਸਲ ਕੀਤੀ 우ਸਤਾਦ ਮਹਿੰਗਾ ਸਿੰਘ ਜੀ ਉਹਨਾਂ ਤੋਂ ਬਾਅਦ ਸਾਡੇ ਆਸ਼ਾ ਸਿੰਘ ਮੈਡਮ ਜੀ ਉਹਨਾਂ ਨੇ ਸਾਨੂੰ ਤੰਤੀ ਸਾਜ ਸਿਖਾਏ ਤੇ ਅਸੀਂ ਕੀਰਤਨ ਕਰਨ ਜਾਂਦੇ ਸੀ ਤੰਤੀ ਸਾਜ ਨਾਲ ਜਿੱਥੇ ਵੀ ਕੀਰਤਨ ਕਰਦੇ ਕਰਦੇ ਸਾਂ ਤੇ ਮਨਜੀ ਸਾਹਿਬ ਵੀ ਕੀਰਤਨ ਕਾਂਦੇ ਕਰਦੇ ਰਹੇ ਜਾਂ ਕਿਸੇ ਦੇ ਘਰ ਕੀਰਤਨ ਕਰਨ ਜਾਣਾ ਇਹ ਇਸ ਤਰ੍ਹਾਂ ਹੀ ਅਸੀਂ ਕੀਰਤਨ ਕਰਨ ਜਿਹੜਾ ਉਹ ਇਹ ਜਾਰੀ ਰੱਖਿਆ ਤੇ ਅੱਜ ਕੱਲ ਮੈਂ ਕਿਉਂਕਿ ਗ੍ਰੈਜੂਏਸ਼ਨ ਕਰ ਰਿਹਾ ਹਾਂ ਜੀ ਤੇ ਗ੍ਰੈਜੂਏਸ਼ਨ ਦੇ ਕਰਦਿਆਂ ਨਾਲ ਹੀ ਮੈਂ ਆਪਣਾ ਜਿਹੜਾ ਉਹ ਜੂਥ ਫੈਸਟੀਵਲ ਹੈ ਜਿਹੜੇ ਉਹ ਮੈਂ ਵਿਨ ਕੀਤੇ ਆ ਫਸਟ ਸੈਕੰਡ ਆਇਆ ਹਾਂ ਜੀ ਤੇ ਵਾਇਲਨ ਮੈਂ ਆਪਣੇ ਕਾਲਜ ਵੱਲੋਂ ਸ਼ਹਿਜਾਦਾ ਆਨੰਦ ਕਾਲਜ ਵੱਲੋਂ ਮੈਂ ਰੈਗੂਲਰ ਵੀ ਕੀਤੀ ਹੈ ਜੀ ਤੇ ਅੱਜ ਕੱਲ ਮੈਂ ਫ੍ਰੀ ਹੋਂ ਨਾਲ ਸੀ ਤੇ ਫ੍ਰੀ ਸੀ ਤੇ ਇਸ ਕਰਕੇ ਮੈਂ ਜਿਹੜਾ ਰਮਦਾਸ ਇਹ ਜਿਹੜਾ ਬਾਬਾ ਬੁੱਢਾ ਜੀ ਦੀ ਸਮਾਜ ਆ ਉੱਥੇ ਮੈਂ ਕੀਰਤਨ ਇਹ ਫ੍ਰੀ ਸੇਵਾ ਕਰ ਰਿਹਾ ਹਾਂ ਜੀ ਵੈਸੇ ਹੀ ਆਪਣੀ ਖੁਸ਼ੀ ਨਾਲੀ ਤੇ ਇਸ ਤਰ੍ਹਾਂ ਮੇਰਾ ਕੀਰਤਨ ਦਾ ਜਿਹੜਾ ਇਹ ਕੰਮ ਚੱਲ ਰਿਹਾ ਹੈ ਜੀ ਮੈਨੂੰ ਇਹ ਦੱਸੋ ਸਮਸ਼ੀਰ ਸਿੰਘ ਜੀ ਜਿੱਥੇ ਸਾਡੀ ਸਿੱਖਾ ਲਈ ਸਮਰੋਹ ਸੰਸਥਾ ਕਹਿ ਸਕਦੇ ਹਾਂ ਸ਼ੁਰੂਬਣੀ ਕਮੇਟੀ ਤੇ ਕਦੀ ਸ਼੍ਰੋਣੀ ਮੀਟਿੰਗ ਨਾਲ ਤੁਸੀਂ ਕਈ ਤਾਲਮਲ ਕੀਤਾ ਵੀ ਜਿਹੜਾ ਤੁਸੀਂ ਡਬਈਆ ਸਾਹਿਬ ਜੀ ਆਲੰਦੇ ਉਹ ਜਾਂ ਕੀਰਤਨ ਕਰਨਦੇ ਹੋ ਕਦੀ ਉਹਨਾਂ ਨਾਲ ਵੀ ਤੁਸੀਂ ਪਹੁੰਚ ਕੀਤੀ ਆ ਵੀ ਮੈਨੂੰ ਜਿਹੜਾ ਕੀਰਤਨ ਸੇ ਲਗਾਇਆ ਜਾਵੇ ਜਾਂ ਕਿਸ ਤਰ੍ਹਾਂ ਮੈਨੂੰ ਜਿਹੜੀ ਆ ਪ੍ਰਵਾਦੀ ਜਿਹੜੀ ਹਾਲਾਤ ਬਹੁਤ ਮਾੜੇ ਨੇ ਟਾਡੇ ਘਰ ਤੇ ਤੇ ਕਿਸ ਤਰ੍ਹਾਂ ਕੋਈ ਪ੍ਰਵਾਦੀ ਸਹਾਇਤਾ ਹੋਵੇ ਕਿਸ ਤਰ੍ਹਾਂ ਦੀ ਗੱਲਬਾਤ ਕੀਤੀ ਉਹਨਾਂ ਨਾਲ ਜੀ ਜੀ ਬਿਲਕੁਲ ਮੈਂ ਸਾਡੇ ਪਿੰਡ ਦੇ ਹੀ ਮੈਂਬਰ ਆ ਜਿਹੜੇ ਆ ਸ਼ੋਮਨ ਕਮੇਟੀ ਦੇ ਮੈਂਬਰ ਆ ਤੇ ਉਹਨਾਂ ਨੂੰ ਮੈਂ ਕਰੀ ਦਰਖਾਸਤ ਕੀਤੀ ਸੀ ਕਿ ਮੇਰਾ ਜਿਹੜਾ ਉਹ ਰੁਜ਼ਗਾਰ ਹੈ ਉਹ ਮੇਰੇ ਘਰਦਿਆਂ ਨੂੰ ਮੇਰੇ ਫੈਮਿਲੀ ਨੂੰ ਮਜ਼ਦਦ ਜਿਹਾ ਰੱਖਦੇ ਆ ਥੋੜਾ ਜਿਹਾ ਮੇਰੀ ਹੈਲਪ ਕੀਤੀ ਜਾਵੇ ਬਟ ਹਜੇ ਕਿਸੇ ਕਾਰਨ ਵਸ਼ ਨਹੀਂ ਹੋ ਸਕਿਆ ਹੈ ਹੱਲ ਤੇ 2-3 ਸਾਲਾਂ ਤੋਂ ਮੈਂ ਆਪਣੀ ਕੀਰਤਨ ਦੀ ਜਿਹੜੀ ਆ ਉਹ ਅ ਕਹਿ ਰਹੇ ਆ ਕਿ ਮੇਰਾ ਕੀਰਤਨ ਦਾ ਕਿਤੇ ਰੋਜ਼ਗਾਰ ਉਲਵਾਇਆ ਜਾਵੇ ਕਿਸੇ ਗੁਰਦੁਆਰੇ ਸ਼ੋਹਨ ਕਮੇਟੀ ਦੇ ਗੁਰਦੁਆਰੇ ਪਰ ਹਜੇ ਤੱਕ ਕਿਸੇ ਨੇ ਇਸ ਸੰਬੰਧੀ ਜਾਂ ਇਹਦੇ ਬਾਰੇ ਕੁਝ ਨਹੀਂ ਹੰਗਾਰਾ ਭਰਿਆ ਤੇ ਆ ਗਾਂਵ ਵਿੱਚ ਮੈਂ ਆਸ ਕਰਦਾ ਕਿ ਕੋਈ ਨਾ ਕੋਈ ਮੇਰਾ ਹੰਗਾਰਾ ਜਰੂਰ ਭਰੇਗਾ ਜੀ ਹਲਾਸ ਵਾਲੇ ਜੀ ਸ਼ੋਹਨੀ ਮੇਟੀ ਨੂੰ ਜਾਂ ਜਾਂ ਸਰਕਾਰਾਂ ਨੂੰ ਜਾਂ ਜਾਂ ਸਿੱਥਰ ਪ੍ਰਬੰਧਕ ਨੇ ਉਹਨਾਂ ਨੂੰ ਕੀ ਬੇਨਤੀ ਕੀ ਗਣਾ ਜਾਓਗੇ ਤੇ ਸਾਡੇ ਜਿਹੜੇ ਵੀ ਤੁਹਾਨੂੰ ਦੇਖ ਰਹੇ ਨੇ ਐਨਆਰਆਈ ਵੀ ਜਿਹੜੇ ਵਿਦੇਸ਼ਾਂ ਦੇ ਦੇਖ ਰਹੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਆਪਣੇ ਵੱਲੋਂ ਤੇ ਆਪਣਾ ਕੋ ਮੋਬਾਈਲ ਨੰਬਰ ਜੜਾ ਉਹਨਾਂ ਦੱਸ ਦਿਓ ਜੇ ਪਹਿਲਾਂ ਤਾਂ ਮੈਂ ਸਰਕਾਰ ਤੇ ਗੱਲ ਕਰਨੀ ਚਾਹਾਂਗਾ ਕਿ ਸਰਕਾਰ ਨੂੰ ਸਾਡੇ ਨਿਤਰੀ ਹਿੰਨਾ ਦੀ ਗੱਲ ਸੁਣਨੀ ਚਾਹੀਦੀ ਆ ਕਿਉਂਕਿ ਇਹ ਧਰਨੇ ਲਾਉਣੇ ਜਾਂ ਰੈਲੀਆਂ ਕਰਨੀਆਂ ਇਹ ਨਿਤਰੀ ਹਿੰਨਾ ਦਾ ਕੰਮ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਕਿ ਅਸੀਂ ਨਿਤਰੀਨ ਪਿਛੇ ਜੀ ਕਾਫੀ ਸਾਰੀਆਂ ਰੈਲੀਆਂ ਕਰਦੇ ਰਹੇ ਆ ਧਰਨੇ ਲਾਉਂਦੇ ਰਹੇ ਆ باوجود ਇਸ ਦੇ ਵੀ ਗੱਲ ਨਹੀਂ ਸੁਣੀ ਗਈ ਸਾਡੀ ਤੇ ਮੇਰੀ ਹੱਥ ਜੋੜ ਕੇ ਸਰਕਾਰ ਨੂੰ ਬੇਨਤੀ ਆ ਕਿ ਉਹ بجائے ਫालतू ਕੰਮਾਂ ਦੇ ਜਾਂ بجائے ਇਸ ਕੰਮਾਂ ਦੇ ਜਿਨ੍ਹਾਂ ਦਾ ਕੋਈ ਬਹੁਤਾ ਲਾਭ ਨਹੀਂ ਹੈ ਤੇ ਸਾਡੇ ਨਿਤਨੇ ਨੌਕਰੀਗਾਰ ਦਾ ਜਿਹੜਾ ਉਹ ਪ੍ਰਬੰਧ ਕਰਨਾ ਚਾਹੀਦਾ ਹੈ ਤੇ ਜਿਹੜਾ ਪਿਛਲੀ ਸਰਕਾਰ ਨੇ ਸਾਡੇ ਨਿਤਨੇ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਆ ਮਿਊਜ਼ਿਕ ਟੀਚਰ ਪ੍ਰਾਇਮਰੀ ਚ ਲਗਾਇਆ ਤੇ ਅਸੀਂ ਆਸ ਕਰਦੇ ਹਾਂ ਸਰਕਾਰ ਤੋਂ ਕਿ ਸਾਡੇ ਜਿਹੜਾ ਉਹ ਸਾਡਾ ਵੀ ਰੋਜ਼ਗਾਰ ਦਾ ਜਿਹੜਾ ਉਹ ਪ੍ਰਬੰਧ ਕਰਨੇ ਸਰਕਾਰੀ ਟੀਚਰ ਸਾਨੂੰ ਲਗਾਉਣ ਕਿਉਂਕਿ ਮੈਨੂੰ ਟੀਚਿੰਗ ਦਾ ਵੀ ਕਾਫੀ ਸ਼ੌਕ ਆ ਇਸ ਕਰਕੇ ਮੈਂ ਬੀਐਡ 'ਚ ਐਡਮਿਸ਼ਨ ਲਈਏ ਖਾਸ ਕਰਕੇ ਤੇ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਬੀਐਡ ਕਰਨ ਦੀ ਕਰਦਾ ਪਿਆ ਹਾਂ ਜੀ ਤੇ ਬਾਅਦ ਵਿੱਚ ਮੈਂ ਕਮੇਟੀ ਨੂੰ ਜਿਸ ਤਰ੍ਹਾਂ ਹੀ ਕਹਿ ਚੁੱਕਾ ਹਾਂ ਮੈਂ ਪਹਿਲਾਂ ਕਿ ਮੈਂ ਆਸ ਕਰਦਾ ਹਾਂ ਕਿ ਕਮੇਟੀ ਨੂੰ ਵੀ ਸ਼ੋਮਣ ਕਮੇਟੀ ਨੂੰ ਵੀ ਇਹ ਨਿਤਰੀਆਂ ਦੀ ਬਾਹ ਫੜਨੀ ਚਾਹੀਦੀ ਹੈ ਤਾਂ ਜੋ ਕੀਰਤਨ ਦਾ ਜਿਹੜਾ ਆ ਉਹ ਜਿਹੜਾ ਨਿਤਰੀਆਂ ਚ ਤੁਸੀਂ ਦੇਖਿਆ ਹੈ ਕਿ ਸ਼ੋਮਣ ਕਮੇਟੀ 'ਚ ਕਿੰਨੇ ਕਿੰਨੇ ਵੱਡੇ ਨਿਤਰੀ ਜਿਹੜੇ ਆ ਉਹ ਰਾਗੀ ਸਿੰਘ ਲੱਗੇ ਹੋਏ ਆ ਜਾਂ ਲੱਗ ਚੁੱਕੇ ਆ ਤੇ ਇਹ ਇਸ ਤਰ੍ਹਾਂ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਸਰਕਾਰ ਦੇ ਨਾਮ ਨਾਲ ਐਸਪੀਸੀ ਨੂੰ ਵੀ ਸਾਡੀ ਨਿਤਧਨਾਂ ਦੇ ਬਾਹਰ ਫੜਨੀ ਚਾਹੀਦੀ ਆ ਤੇ ਐਨਆਰਆਈ ਵੀਰਾਂ ਨੂੰ ਮੈਂ ਜਾਂ ਆਪਣੇ ਵੱਡੇ ਭਾਈਆਂ ਨੂੰ ਮੈਂ ਸਾਰਿਆਂ ਨੂੰ ਇਹੋ ਦਰਖਾਸਤ ਕਰਦਾ ਇਹੋ ਬੇਨਤੀ ਕਰਦਾ ਆ ਕਿ ਨਿਤਰੀਹਨਾਂ ਦੀ ਕਿਤੇ ਨਾ ਕਿਤੇ ਜਿੱਥੇ ਵੀ ਹੈ ਉਹ ਜਿੱਥੇ ਵੀ ਦੇਖਦੇ ਆ ਨਿਤਰੀਹਨ ਕਿਸੇ ਪੰਜਾਬ ਦੇ ਕਿਸੇ ਪਿੰਡ ਵਿੱਚ ਉਹ ਜਿਹੜਾ ਵਿਦਿਆਲਿਆਂ ਚ ਭੇਜਿਆ ਜਾਵੇ ਉਹਨਾਂ ਨੂੰ ਕੀਰਤਨ ਦੀ ਸਖਲਾਈ ਦਿੱਤੀ ਜਾਵੇ ਪੜਾਈ ਦੀ ਕਿਉਂਕਿ ਕਈ ਯਾਰ ਮੈਂ ਅਸੀਂ ਦੇਖਦੇ ਹਾਂ ਕਿ ਨੇਤਰੀ ਹੀਨ ਪਿੰਡਾਂ 'ਚ ਹੀ ਰੁੱਲਦੇ ਰਹਿ ਜਾਂਦੇ ਆ ਤੇ ਮੈਂ ਇਹ ਵੀ ਚਾਹੁੰਦਾ ਕਿ ਨਾਲ ਜਿੱਥੇ ਨੇਤਰੀ ਹੀਨ ਲੜਕੀਆਂ ਵੀ ਸਿਖਲਾਈ ਕਰ ਸਕਦੀਆਂ ਉਹਨਾਂ ਨੂੰ ਵੀ ਵਿਦਿਆਲਿਆਂ 'ਚ ਭੇਜਣਾ ਚਾਹੀਦਾ ਹੈ ਤੇ ਨੇਤਰੀ ਹੀਨ ਤਾਂ ਜੋ ਆਪਣਾ ਰੋਜਗਾਰ ਪ੍ਰਾਪਤ ਕਰ ਸਕੇ ਤੇ ਇਹੋ ਹੀ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਨੇਤਰੀ ਹੀਨਾਂ ਨੂੰ ਬਾਹਰ ਫੜੀ ਜਾਵੇ ਸਾਰੇ ਸਾਰੇ ਪੰਜਾਬ ਦੇ ਤੇ ਸਾਰੇ ਬਾਹਰਦਿਆਂ ਨੂੰ ਜਿਹੜੇ ਬਾਹਰ ਦੇ ਵਿਦੇਸ਼ਾਂ 'ਚ ਵਸ ਰਹੇ ਆ ਭੈਣ ਭਰਾ ਅਨੁਸਾਰੀ ਮੇਰੀ ਇਹ ਹੈਗੀ ਆ ਕਿ ਦਿਲੀ ਖਾਸ਼ ਆਪਣਾ ਮੋਬਾਈਲ ਨੰਬਰ ਵੀ ਬੋਲ ਦਿਓ ਜੀ ਮੇਰਾ ਨੰਬਰ ਹੈ ਜੀ 9569108480 ਆਈ ਰਿਪੀਟ 9569108480 ਸ਼ੁਕਰੀਆ ਜੀ ਇਸ ਗੱਲ ਬਾਕੀ ਕੀਤੀ ਅਸੀਂ ਇਸ ਜਿਹੜੇ ਨੇਤਰਹੀਨੇ ਜਿਹੜੇ ਵੀਰ ਸ਼ਮਸ਼ੇਰ ਸਿੰਘ ਨਾ ਅਤੇ ਜਿਨੇ ਸਰਕਾਰ ਨੂੰ ਤੇ ਐਸਜੀਪੀਸੀ ਨੂੰ ਜੜੀਆਂ ਕਿਹਾ ਵੀ ਇਸ ਪਰਿਵਾਰ ਦੀ ਜਿਹੜੀ ਆ ਸਹਾਇਤਾ ਲਈ ਜਾਵੇ ਕਿਉਂਕਿ ਇਸ ਜਿਹੜਾ ਵੀਰ ਦਾਵਾ ਹੱਥ ਜਿਹੜਾ ਹੁਨਰ ਬਹੁਤ ਆ ਅਤੇ ਕਹਿ ਸਕਦੇ ਗੁਰਸਿੱਖ ਬੱਚਾ ਵਾ ਤੇ ਸਾਡੀ ਗੁਰਬਾਣੀ ਦੇ ਨਾਲ ਜਿਹੜਾ ਲੱਗਾ ਵਾ ਤੇ ਕਾਫੀ ਜਿਹੜੇ ਕਹਿ ਸਕਦੇ ਕੀਰਤਨ ਵਗਾਰਾ ਕੀਰਤਨ ਜਿਹੜਾ ਕਰਦਾ ਵਾ ਗੁਰਦਾ ਸਾਹਿਬ ਚ ਬਸ ਇਹ ਹੀ ਬੇਨਤੀ ਆ ਵੀ ਇਸ ਪਰਿਵਾਰ ਦੇ ਹਾਲਾਤ ਇੰਨੇ ਕਮਾੜੇ ਨੇ ਕਿਸੇ ਤਰ੍ਹਾਂ ਇਸ ਪਰਿਵਾਰ ਦੀ ਜਿਹੜੀ ਆ ਸਹਾਇਤਾ ਲਈ ਜਾਵੇ ਸਾਡੀ ਵੀ ਇਹਨਾਂ ਦੀ ਵੀ ਅਪੀਲ ਹੈ ਵੀ ਵੱਤਵਾਦ ਇਸ ਪ੍ਰਵਾਦ ਦਾ ਜਿਹੜਾ ਵਾ ਉਹ ਸਾਧ ਦਿੱਤਾ ਜਾਵੇ ਤਾਂ ਜੋ ਇਸ ਗੁਰਸਿਕ ਪ੍ਰਵਾਦ ਦੇ ਜਿਹੜੇ ਹਾਲਾਤ ਚੱਗੇ ਹੋਣ ਤੇ ਹੁਣ ਗੱਲਬਾਤ ਕਰਾਂਗੇ ਇਹਨਾਂ ਦੇ ਪਿਤਾ ਜੀ ਦਾ ਜਿਹੜੇ ਕੀ ਇੱਥੇ ਅੰਬਾਸ ਗੁਰਦਵਾਰਾ ਬੁੱਢਾ ਸਾਹਿਬ ਵਿੱਚ ਜਿਹੜੇ ਸਮਾਦ ਉੱਥੇ ਜਿਹੜਾ ਪਾਤੀ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਣਾ ਹੈ ਹਾਂਜੀ ਬਾਬਾ ਜੀ ਕੀ ਨਾਮ ਤੁਹਾਡਾ ਗੋਪਾਲ ਸਿੰਘ ਜੀ ਬਾਬਾ ਜੀ ਅਸੀਂ ਦੇਖਿਆ ਵੀ ਕਰਦੇ ਹਾਲਾਤ ਬਹੁਤ ਮਾੜੇ ਨੇ ਅਸੀਂ ਦੇਖਿਆ ਵੀ ਜਿਸ ਤਰ੍ਹਾਂ ਦੋ ਕਮਰੇ ਨੇ ਦੋਵੇਂ ਜਿਹੜੇ ਛੱਤਾਂ ਜਿਹੜੀਆਂ ਚੌਂਦੀਆਂ ਨੇ ਟੁੱਟੇ ਨੇ ਤੇ ਇਹ ਦੱਸੋ ਵੀ ਤੁਸੀਂ ਕਿੱਥੇ 파ਟ ਕਿੱਥੇ ਕਰਦੇ ਕਿਰਦਾ ਗੁਰਦਾ ਸਾਹਿਬ ਕਰਦੇ ਜੀ ਅਸੀਂ ਬਾਬਾ ਰਬਦਾਸ ਬਾਬਾ ਰਾਹ ਸਾਹਿਬ ਕਣ 파ਟ ਕਰਦੇ ਆ ਜੀ ਉੱਥੇ ਮਹੀਨੇ ਜੋ ਪੰਜ ਚਾਰ 파ਟ ਆਉਂਦੀ ਇਹਨਾਂ ਇਨਸਤਿਕ ਜਾਰਾ ਕਰਦਾ ਜੀ ਪਹਿਲਾਂ 파ਟ ਚੱਲਦੇ ਸੀ ਬਾਹਰ ਲੜੀ ਚੱਲਦੀ ਸੀ ਉਦੋਂ ਜਿਹੜੀਆਂ ਬਾਅਦ ਜੇ ਲਾਕਡਾਊਨ ਲੱਗ ਗਿਆ ਉਸ ਤੋਂ ਬਾਅਦ ਕਾਰੀ ਕੰਮ ਜ਼ਿਆਦਾ ਔਖਾ ਹੋ ਗਿਆ ਇਸ ਤੋਂ ਬਾਅਦ ਮੇਰੀ ਲੱਦੇ ਫ੍ਰੈਕਚਰ ਹੋ ਗਿਆ ਉਦੋਂ 2 ਸਾਲ ਮੈਂ ਡੇਢ ਮਹੀਨੇ ਜਿਦੇ ਰਿਆਂ ਤੇ ਉਸ ਤੋਂ ਬਾਅਦ ਫਿਰ ਥੋੜੀ ਜਿਹਾ ਆਪਣੇ ਜੋ ਆਪਣੇ ਹੱਟ ਜਿਹੜੇ ਮੈਂਬਰ ਸਾਹਿਬ ਸੀ ਉਹਨਾਂ ਸ਼੍ਰੋਮਣੀ ਗੁਰਦੈਰ ਨੂੰ 8000 ਰੁਪਏ ਮੈਨੂੰ ਜਿਹੜੀ ਮਦਦ ਦਵਾਈ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਾਖਲ ਸਾਂ ਤੇ ਉਸ ਤੋਂ ਬਾਅਦ ਜਿਹੜਾ ਲਾਕਡਾਊਨ ਲੱਗ ਗਿਆ ਉਦੋਂ ਫਿਰ ਪਾਠ ਕਰ ਗਏ ਰਮਜ਼ਾਹੀ ਪਾਠ ਕਰ ਗਏ ਤੇ ਬਾਅਦ ਬਿਲਕੁਲੇੜੀਆਂ ਬੰਦ ਹੋ ਗਈਆਂ ਤੇ ਉਸ ਤੋਂ ਬਾਅਦ ਬਜ਼ਾਰ ਉਹਖੇ ਹੁੰਦਾ ਹੁਣ ਬਜ਼ਾਰ ਕਿਸੇ ਦਾ ਕਰਨਾ ਹੀ ਸੀ ਕੋਈ ਗੱਲ ਕਰੀਏ ਬੱਬਾ ਜੀ ਪਾਠੀ ਸਿੰਘਾਂ ਨੂੰ ਕਿਹਾ ਜਾਂਦਾ ਵਜ਼ੀਰ ਕਿਹਾ ਜਾਂਦਾ ਵਾ ਗੁਰੂ ਦੇ ਵਜ਼ੀਰ ਤੇ ਕਿਸ ਤਰ੍ਹਾਂ ਵਜੀਰਾ ਦੇ ਅੱਜ ਹਾਲਾਤ ਕਿੰਨੇ ਮਾੜੇ ਹੋ ਗਏ ਨੇ ਇਹ ਕਿਸ ਤਰ੍ਹਾਂ ਜਿਹੜੀ ਸਾਡੀ ਸਿੱਖੀ ਆ ਕਿੱਥੇ ਤਰ੍ਹਾਂ ਜਿਹੜਾ ਤੁਸੀਂ ਜਾ ਕੇ ਘਰ ਘਰ ਜਾ ਕੇ ਪਾਠ ਕਰਦੇ ਜੀ ਠੀਕ ਹੈ ਸਾਡੀ ਸਿੱਖੀ ਨੂੰ ਅੱਗੇ ਲੈ ਕੇ ਜਾਂਦੇ ਨੇ ਪਰ ਜਿਹੜੇ ਕਹਿ ਸਕਦੇ ਵੀ ਗੁਰੂ ਦੇ ਵਜੀਰ ਜਿਹਨਾਂ ਨਾਂ ਕਿਹਾ ਜਾਂਦਾ ਵਾ ਉਹ ਨਾਂ ਦੇ ਵਜੀਰ ਰਹਿ ਗਏ ਨੇ ਕਿਉਂਕਿ ਹਾਲਾਤ ਇੰਨੇ ਮਾੜੇ ਸੀ ਦੇਖ ਕੇ ਘਰ ਦੇ ਵੀ ਦੋ ਕਮਰੇ ਤੁਸੀਂ ਰਹਿੰਦੇ ਜੇ ਉਹ ਵੀ ਜਿਹੜੇ ਕਮਰੇ ਨੇ ਛੱਤਾ ਟੁੱਟੀਆਂ ਹੋਈਆਂ ਨੇ ਤਰੇੜਾਂ ਪਈਆਂ ਨੇ ਤੇ ਬਾਰਿਸ਼ ਜਦੋਂ ਪੈਂਦੀ ਹੈ ਸਾਰਾ ਪਾਣੀ ਅੰਦਰ ਆ ਜਾਂਦਾ ਤੇ ਕਿਤੇ ਦੁੱਖ ਨਹੀਂ ਲੱਗਦਾ ਵੀ ਵਜੀਰ ਇਤਾਂ ਦੇ ਹਾਲਾਤ ਹੈ ਵਜੀਰਾਂ ਦੇ ਨਜੀ ਕੋ ਗੱਲ ਤੇ ਤੁਹਾਡੀ ਵੀ ਕੋ ਸਹੀ ਆ ਜੀ ਇਸ ਨਾਂ ਦੇ ਵੀ ਜਿਹੜੇ ਰਹਿ ਗਏ ਕੋਈ ਜਿਦਾਂ ਲੋਕਾਂ ਦੇ ਪਾਰਟੀਆਂ ਕਿਸੇ ਨੇ ਪੁੱਛਿਆ ਨਹੀਂਗਾ ਬਸ ਇਹੋ ਸਭ ਵੀ ਜਿਹੜੇ ਪਾਸੇ ਇਹਨਾਂ ਨੂੰ ਜਿਦਾਂ ਇੱਕ ਇਹ ਕੋਈ ਪੁੱਛ ਕੇ ਨਹੀਂ ਪੇਣਾ ਚ ਕਿਹਨਾਂ ਚ ਆ ਗਈ ਨਾ ਬਾਹਰ ਨਾਦਰ ਸਭ ਨਾਂ ਦੇ ਵੀ ਜਿਹੜੇ ਰਹਿ ਗਏ ਤੇ ਪਿੰਡ ਵਾਲਿਆਂ ਕਿਸੇ ਕਿਸੇ ਪਾਰਟੀ ਦੀ ਮਦਦ ਨਹੀਂ ਕੋਈ ਕੋਈ ਮਦਦ ਗਰੀਬੀ ਮਦਦ ਕੋਈ ਨਹੀਂ ਕਰਦਾ ਜਗਾਂ ਦਾ ਤੇ ਉਦਾਂ ਵਾਹ ਜਿਵੇਂ ਮੇਰੀ ਫਰਜੂਰ ਅਸਲਾਦ ਨੂੰ ਇੱਕ ਸਿੰਘ ਸਾਡੇ ਇੱਥੇ ਹੈਗਾ ਵਾ ਭਾਈ ਅਜੈ ਸਿੰਘ ਉਹਨਾਂ ਮੇਰੇ ਤਕਰੀਬਤ ਸਾਰਾ ਗਰੀਬੀ ਹੱਥ ਹੱਥ ਵੇਖ ਕੇ ਮੇਰਾ ਸਾਰਾ ਇਲਾਜ ਉਹਨਾਂ ਕਰਾਇਆ ਕਰ ਕਰ ਮੇਰਾ 20 ਪੰਜਾ ਵੀ ਉਹਨਾਂ ਵਾਂ ਪਾੜੀ ਆਪਣਾ ਕੋਲ ਨਾ ਕਿਦਾਂ ਉਹਨਾਂ ਨੇ ਮੈਨੂੰ ਮੇਰਾ ਸਾਰਾ ਇਲਾਜ ਕਰਾਇਆ ਵਾ ਬਾਕੀ ਮੇਰੀ ਪਿੰਡ ਜੀ ਕਿਸੇ ਬਾਣ ਹੀ ਪੜੀ ਜਹ ਹੁਣ ਵੀ ਅੱਲਾਹ ਰੱਬ ਲੱਗ ਰਿਹਾ ਕਿਸੇ ਕੋਈ ਮਦਦ ਨਹੀਂ ਦਿੱਹਾਨੂੰ ਤੇ ਨਾ ਕੋਈ ਬਾਨੂ ਕੁ ਮਦਦ ਨਹੀਂ ਗੁਜਾਰਾ ਬੜਾ ਮੋਟਾ ਹੀ ਹੋ ਰਿਹਾ ਨਹੀਂ ਬਾਬਾ ਜੀ ਬਨੇ ਸੋ ਤੁਸੀਂ ਐਸਡੀਪੀਸੀ ਦੇ ਗੋਦਾ ਸਾਹਿਬ ਦਾ ਪਾਠ ਕਰਦੇ ਜੇ ਤੁਸੀਂ ਪਾਠ ਹੀ ਸੇ ਜਿੱਥੇ ਗੁਰੂ RAMDAS RAMDAS ਹੀ ਤੇ ਕਰਦੇ ਬਾਬਾ ਬੁੱਢਾ ਸਾਹਿਬ ਦੇ ਤੇ ਤੁਹਾਡੀ ਲੱਤ ਫ੍ਰੈਕਚਰ ਹੋ ਗਈ ਤੇ ਐਸਡੀਪੀਸੀ ਵੱਲੋਂ ਕਿਉਂ ਨਹੀਂ ਲਾ ਕੀਤਾ ਗਿਆ ਕਿ ਗੁਰੂ RAMDAS ਸਰਸਤਾ ਦਾ ਇਲਾਜ ਹੋਇਆ ਵਾ ਉਥੇ ਤੁਹਾਡਾ ਇਲਾਜ ਫ੍ਰੀ ਕਿਉਂ ਨਹੀਂ ਹੋਇਆ ਨਹੀਂ ਜੋ ਉਥੇ ਇਲਾਜ ਫ੍ਰੀ ਨੇ ਹੋ ਜਾਂਦੇ ਵੀ ਉਹ ਪ੍ਰਾਈਵੇਟ ਠੇਕ ਆ ਗਿਆ ਉਹ ਸਿਰਫ ਇਹਨਾਂ ਨੂੰ ਕਹਿ ਆਂਦੇ ਵੀ ਉਥੇ ਇਲਾਜ ਜਦੋਂ ਇਦਾਂ ਚੱਲਣਾ ਉਹਨਾਂ ਸੇ ਵੀ 8000 ਰੁਪਏ ਮੈਂ ਦਵਾਈ ਉੱਥੋਂ ਸੋਣ ਕਿਰਜੂ ਬਾਕੀ ਹੋਰ ਕੋਈ ਮਦਦ ਨਹੀਂ ਹੋਈ ਦੱਸਿਆ ਵੀ ਮੈਂ ਉੱਥੇ ਪਾਠ ਕਰਦਾ ਵਾਂ ਗੁਰਦਵਾਰ ਸਾਹਿਬ ਚ ਮੈਂ ਵਜੀ ਰਿਆਂ ਠੀਕ ਹੈ ਨਾ ਤੇ 25000 ਰੁਪਏ ਇਲਾਜ ਲੱਗਾ ਵਾ ਤੇ ਤੁਸੀਂ ਤੁਹਾਨੂੰ ਸੇ 8000 ਬਾਕੀ ਤੁਸੀਂ ਕਿਸ ਤਰ੍ਹਾਂ ਸੜਾ ਇਸਤੇਮਾਲ ਕੀਤਾ ਵਾ ਪਰਵਾਰ ਵੀ ਰਬਣਾ ਕਰੇ ਕਿਸੇ ਪਰਵਾਰ ਚ ਕੋਈ ਬਿਮਾਰ ਹੋ ਜੇ ਤੇ ਤੁਹਾਡਾ ਇਲਾਜ ਕਿੱਥਾ ਹੋਊਗਾ ਕੌਣ ਕਰਾਊਗਾ ਨਿਜੋ ਉਹ ਦਬੀ ਮੇਰਾ ਇਲਾਜ ਕਿਸੇ ਨੇ ਕਿਸੇ ਨੇ ਕਰਾਇਆ ਪਣ ਚੋ ਕੋਈ ਜੈਪ ਸਿੰਘ ਹੈ ਉਹਨਾਂ ਨੇ ਮੇਰਾ ਇਲਾਜ ਕਰਾਇਆ ਵਾ ਆਪਣੇ ਕੋਲੋਂ ਪੈਸੇ ਦੇ ਗਏ ਘਰ ਦੀ ਹੱਦ ਵੇਖ ਕੇ ਉਹਨਾਂ ਨੇ ਇਲਾਜ ਕਰਾਇਆ ਸਾਰਾ ਹੀ ਕੋਈ ਉੱਥੇ ਮਿਹਨਤ ਲਾ ਕਰਕੇ ਦੋਵੇਂ ਜੀ ਉੱਥੇ ਮਿਹਨਤ ਲਾ ਕਰਕੇ ਡਾਕਟਰਾਂ ਤੇ ਆਪਾਂ ਮੜਾ ਬੜਾ ਇਲਾਜ ਕਰਾਇਆ ਹੁਣ ਇਲਾਜ ਇਲਾਜ ਮੈਨੂੰ ਸਹੀ ਨਹੀਂ ਹੋਇਆ ਤੇ ਵੇਗੀ ਅਜੇ ਇਹਦੇ ਡਾਕਟਰਾਂ ਵੀ ਇਲਾਜ ਕਰਾਓ ਤੇ ਹੁਣ ਇਲਾਜ ਕਰਕੇ ਪੈਸੇ ਹੀ ਨਹੀਂ ਅਗੇ ਹੁਣ ਇਹਨਾਂ ਘਰ ਦਾ ਖਰਚ ਇਲਾਜ ਕਿੱਥੋਂ ਕਰੋ ਆਪਾਂ ਬਾਬਾ ਜੀ ਗੱਲ ਕਰੀਏ ਵੀ ਤੁਸੀਂ ਐਸਜੀਪੀਸੀ 'ਚ ਪਾਠ ਕਰਦੇ ਹੋ ਉੱਥੇ ਗੁਰਦਾ ਸਾਹਿਬ ਕਬੱਡੀ ਸੰਸਥਾ ਵਾ ਸਿੱਖਾਂ ਦੀ ਠੀਕ ਹੈ ਨਾ ਪਰ ਤੁਹਾਡੇ ਹਾਲਾਤ ਕਿਉਂ ਇੰਨੇ ਮਾੜੇ ਆ ਲਾਕਡਾਊਨ ਦੌਰਾਨ ਵੀ ਤੁਹਾਡੀ ਕਿਸੇ ਨੇ ਆ ਕੇ ਬਾਹ ਫੜੀ ਐ ਐਸਜੀਪੀਸੀ ਵੱਲੋਂ ਕੋਈ ਤੁਹਾਨੂੰ ਕੋ ਰਾਸ਼ਨ ਜਾਂ ਕਿਸੇ ਤਰ੍ਹਾਂ ਦਾ ਕੋਈ ਮਦਦ ਕੁਮਾਰੀ ਸਹਾਇਤਾ ਕੀਤੀ ਹੋਵੇ ਤੁਹਾਡੀ ਨੇ ਹੱਦੀ ਕਿਸੇ ਮਦਦ ਕੀਤੀ ਜੀ ਜਿਹੜੀ ਸੋਹਣ ਕਮੇਟੀ ਆ ਤਕਰੀਬਾ ਉਹ ਵੱਡੇ ਲੋਕਾਂ ਵਾਸਤੇ ਮਾੜੇ ਵਾਸਤੇ ਕਮੇਟੀ ਬੁਟੀ ਨਹੀਂ ਕੋ ਆ ਗਈ ਉਹ ਆ ਉਹਨੇ ਆਪਣੀ ਢਿੱਡ ਪਰ ਨੋਨੇ ਬੜਾ ਜੀ ਮਾਰਦੀ ਉਹਨ ਕੀ ਬਾਹ ਫੜਨੀ ਆ ਉਹ ਸਾਹਿਬ ਆਪਣੀ ਟਰਮਾ ਭਰਦੇ ਨੇ ਕਿਸੇ ਸਾਡੀ ਸੌਣੇ ਗੇਟੀ ਨੂੰ ਫੇ ਵੱਟ ਵੱਟ ਪਰਦੇ ਬਣਦਾ ਵਾ ਵੀ ਜਿਹੜੇ ਗਰੰਤੀ ਪਿੰਡ ਜਿਹੜੇ ਪਹਾਂਗੇ ਨੇ ਵੀ ਇਹ ਖੰਡ ਪਾਰਟੀ ਨੇ ਉਹਨਾਂ ਦੀ ਮਦਦ ਸੋਨਾਂ ਨੂੰ ਕਿਹਾ ਕੋਈ ਸਾਡੀ ਮਦਦ ਨਹੀਂ ਕਿਸੇ ਨੇ ਕੀਤੀ ਸਾਡੀ ਬਸ ਸਾਡਾ ਇਦਾਂ ਇਦਾਂ ਕੰਮ ਚੱਲਦਾ ਗਰੀਬੀ ਦੇ ਵਾ ਚੱਲਦਾ ਰਹਿ ਜਾਦਾ ਜੀ ਤਾਂ ਬਾਬਾ ਜੀ ਸੇ ਦੇਖਿਆ ਤੁਸੀਂ ਐਸਜੀਪੀਸੀ ਦੇ ਅੰਦਰ ਆਉਂਦੇ ਜਾਂ ਕਿਸ ਤਰ੍ਹਾਂ ਵੀ ਤੇ ਅੱਜ ਤਰਖਾਹ ਹੋਣੀ ਚਾਹੀਦੀ ਆ ਕਿਸੇ ਤਰ੍ਹਾਂ ਦੀ ਪਾਟੀ ਸਿੰਘਾਂ ਦੀ ਖਾਸ ਕਰਕੇ ਕਿਉਂਕਿ ਇਹ ਮਹੀਨੇ ਦੇ ਚਾਰ ਪੰਜ ਪਾਠ ਆ ਕੇ ਇੱਕ ਪਾੜਾ ਤੁਸੀਂ 900 ਰੁਪਏ ਮੰਗ ਦੱਸਣ ਦੇ ਵੀ ਲੈਂਦੇ ਜੀ ਤੇ ਪਿਛਲੇ ਇਸ ਤਰ੍ਹਾਂ ਪਰਿਵਾਰ ਦੇ ਹਾਲਾਤ ਕਿੰਨੇ ਕਿਸ ਤਰ੍ਹਾਂ ਜਿਹੜਾ ਪਰਿਵਾਰ ਰੋਟੀ ਪਾਣੀ ਕਿੱਸ ਤਰ੍ਹਾਂ ਚੱਲੂ ਖਰਚਾ ਕਿਉਂਕਿ ਪਰਿਵਾਰ ਚ ਜੀਵਨ ਚਾਰ ਖਾਣ ਵਾਲੇ ਹੈਗੇ ਆ ਤੇ ਕਈ ਹੁਣ ਤੇ ਲੋਕਡਾਊਨ ਕਰਕੇ ਵੈਸੇ ਜਿਹੜਾ ਪਾਠ ਨਹੀਂ ਚੱਲਦੇ ਤੇ ਕਿਸ ਤੱਕ ਜੀਵਰਾ ਹੋਉਂਦਾ ਵੇ ਜੇ ਤੁਹਾਨੂੰ ਕਿ ਲੱਗਦਾ ਨਹੀਂ ਫਿਰ ਮੈਨੂੰ ਪਾਠੀ ਸਿੰਘ ਹੁਣ ਤੋਂ ਬਾਅਦ ਹੋਰ ਕੰਮ ਕਰਨਾ ਪਊਗਾ ਜਿਸ ਨਾਲ ਪਰਿਵਾਰ ਦੇ ਪਾਲਣਾ ਹੀ ਆ ਕਿਸ ਤੱਕ ਜੀਵਰਾ ਹੋ ਪਰਿਵਾਰ ਦਾ ਹਾਂਜੀ ਉਹ ਹੁਣ ਵੇਹੇ ਵੀ ਹੁਣ ਸਮਾਂ ਤਾਂ ਹੜੀ ਹੋਈ ਆ ਵੀ ਸੋਣੇ ਬੇਟੀ ਨੂੰ ਸਾਡੇ ਦੇ ਉਹ ਬੇਨਤੀ ਆ ਵੀ ਸਾਡੇ ਬੱਚੇ ਨੂੰ ਸੋਨੇ ਦੇ ਵਿੱਚ ਜਿਹੜੀ ਡਿਊਟੀ ਤੀ ਜਾਵੇ ਤੇ ਜਿਹੜਾ ਸਾਡਾ ਘਰ ਦਾ ਹੱਥ ਜਿਹੜੀ ਕੋਈ ਕੋਈ ਡਿਪੈਂਡੈਂਟ ਕੰਮ ਚੱਲਦਾ ਜਾਈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਸਾਡੇ ਨਾਲ ਜਿਹੜੇ ਕਿ ਅਸੀਂ ਪਿੰਡ ਸ਼ੋਏ ਵਿੱਚ ਆਏ ਆ ਜਿਹੜੇ ਕਿ ਇੱਥੋਂ ਦਾ ਇੱਕ ਅੱਖਾਂ ਤੋਂ ਜਿਹੜਾ ਨੇਤਰਹੀਣ ਬੱਚਾ ਆ ਸਮਸ਼ੇਰ ਸਿੰਘ ਅਤੇ ਉਸਦੇ ਪਿਤਾ ਜਿਹੜੇ ਨੇ ਉਹ 파ਠੀ ਸਿੰਘ ਨੇ ਰਮਦਾਸ ਜਿਹੜਾ ਬਾਬਾ ਬੁੱਢਾ ਸਾਹਿਬ ਗੁਰਦਾਸ ਸਾਹਿਬ ਵਿੱਚ ਪਰ ਹਾਲਾਤ ਕਹਿ ਸਕਦੇ ਘਰ ਦੀ ਇਨਕ ਵੱਧ ਤੋਂ ਵੱਧ ਹੋਏ ਆ ਚਾਹੇ 파ਠੀ ਸਿੰਘ ਨੂੰ ਅੱਜ ਵੀ ਲੋਕ ਵਜੀਰ ਕਿਹਾ ਜਾਂਦਾ ਹੈ ਪਰ ਉਹ ਵਜੀਰ ਜਿਹੜੇ ਉਹ ਨਾਂ ਦੇ ਵਜੀਰ ਐ ਕਿ ਬਣ ਗਏ ਨੇ ਕਿਉਂਕਿ ਇਸ ਹਰਕਾਰ ਦੇ ਹਾਲਾਤ ਇੰਨੇ ਕ ਮਾੜੇ ਹੋ ਗਏ ਨੇ ਕਿ ਜਿਹੜੇ ਇਹ ਵਜੀਰ ਨੇ ਰੋਟੀ ਤੋਂ ਵੀ ਹੱਤਰ ਹੋ ਗਏ ਨੇ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਆਪਣੇ ਕੈਮਰੇ ਵਿੱਚ ਕਿਸ ਤਰ੍ਹਾਂ ਇਸ ਪਰਿਵਾਰ ਦੇ ਜਿਹੜੀ ਛੱਤਾਂ ਜਿਹੜੀਆਂ ਟਰੇੜੇ ਪਈਆਂ ਹੋਈਆਂ ਨੇ ਅਤੇ ਜਦੋਂ ਬਰਸਾਤ ਪੈਂਦੀ ਆ ਤੇ ਇਸ ਪਰਿਵਾਰ ਨੂੰ ਰਾਤ ਸੌ ਨੂੰ ਜਗ੍ਹਾ ਨਹੀਂ ਲੱਭਦੀ ਕਿ ਕਿੱਥੇ ਸੌਣਾ ਜਿਹੜਾ ਇੰਨਾ ਜਿਹੜੀ ਛੱਤਾਂ ਚੋਂਦੀਆਂ ਨੇ ਤੇ ਸਾਡੀ ਵੀ ਐ ਜੀਪੀਸੀ ਗਾੜੀ ਅਪੀਲ ਇੱਕ ਬੇਨਤੀ ਆ ਵੀ ਅਜਿਹੇ ਪਾਟ ਸਿੰਘਾਂ ਨੂੰ ਜਿਹੜਾ ਵੱਤ ਵੱਦ ਮਾਨ ਸਨਮਾਨ ਦਿਉਣਾ ਚਾਹੀਦਾ ਵਾ ਜੇ ਗੁਰੂ ਦੇ ਵਜੀਰ ਬ ਬਣਾ ਚਾਹੀਦਾ ਵਾ ਕਿਉਂਕਿ ਨਾਂ ਦੇ ਵਜੀਰ ਰਹਿ ਗਏ ਨੇ ਤੇ ਖਾਸ ਕਰਕੇ ਸਾਡੇ ਐਨ ਆਰ ਆਈ ਵੀਰ ਨੇ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਦੇਖਦੇ ਨੇ ਤੇ ਵੱਤਵਾਦ ਇਸ ਪਰਵਾਦ ਜਿਹੜੀ ਆ ਉਹ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਕਿ ਸਾਡੇ ਜਿਹੜੀ ਸਿੱਖੀ ਹੈ ਸਾਡੀ ਜੀ ਸਰਦਾਰੀ ਹੈ ਉਹ ਹਮੇਸ਼ਾ ਕਾਇਮ ਰਹੇ ਅਮਰਸਤ ਤੋਂ ਪੰਜਾਬੀ ਲੋਕ ਚੈਨਲ ਲਈ ਹਰਜੀਤ ਕਰੇਵਾਲ ਦੀ ਖਾਸ ਰਿਪੋਰਟ